ਫਾਲੋ ਕਰਨਾ ਸ਼ੁਰੂ ਕਰੋ। ਵਚਨ ਦੇ ਵਿੱਚ ਲਿਖਿਆ ਜੇ ਤੇਰੇ ਕੋਲੇ 9 ਦੇ 9 ਵਰਦਾਨ ਹੋਣ ਪਰ ਪ੍ਰੇਮ ਨਹੀਂ ਆ ਤੇ ਫਿਰ ਤੂੰ ਖੜਕਣ ਵਾਲੇ ਖਾਲੀ ਭਾਂਡੇ ਵਰਗਾ ਆ। ਸਾਰਿਆਂ ਨੂੰ ਮੇਰੇ ਵੱਲੋਂ ਜੈ ਸਿੱਖੀ, ਮੇਰੇ ਚੈਨਲ ਸੁਖਜੀਤ ਓਫੀਸ਼ਲ ਪਰ ਆਪਦਾ ਸਵਾਗਤ ਹੈ। ਮੈਂ ਇਹਦੇ ਵਿੱਚ ਨਾ ਵੀਡੀਓਸ ਪਾਉਂਦੀ ਹਾਂ ਪਾਸਟਰ ਦਿਓਲ ਜੀ ਦੇ, ਇਹਦੇ ਕਲਾਮ ਦੇ ਵਿੱਚੋਂ ਕੁਛ ਸਿੱਖ ਰਹੇ ਹਾਂ ਇਸ ਵਾਰ ਕਿ ਉਹ ਲੋਕ ਤੁਹਾਨੂੰ ਮੇਰੇ ਕਰਕੇ ਸਤਾ ਰਹੇ ਆ ਅਤੇ ਤੁਸੀਂ ਮੇਰੇ ਕਰਕੇ ਤੁਸੀਂ ਮਤਲਬ ਭੜਕਾਏ ਨਾ ਜਾਓ, ਤੁਸੀਂ ਪ੍ਰੇਮ ਕਰੋ ਦੂਸਰਿਆਂ ਨਾਲ। ਇਸ ਵਚਨ ਦੇ ਨਾਲ ਹੈ ਨਾ ਮੈਂ ਇਸ ਵੀਡੀਓ ਨੂੰ ਪਾਇਆ ਹੋਇਆ। ਪਲੀਜ਼ ਮੇਰੇ ਇਸ ਚੈਨਲ ਨੂੰ, ਜਦੋਂ ਤੁਸੀਂ ਨਵੇਂ ਆਉਂਦੇ ਆ ਤਾਂ ਮੇਰੇ ਚੈਨਲ ਉੱਤੇ ਹੈ ਨਾ ਤੁਸੀਂ ਪਲੀਜ਼ ਸਬਸਕ੍ਰਾਈਬ ਕਰੋ ਔਰ ਲਾਈਕ ਕਮੈਂਟ ਜ਼ਰੂਰ ਕਰਿਆ ਕਰੋ ਅਤੇ ਇਸ ਵੀਡੀਓ ਨੂੰ ਪੂਰਾ ਦੇਖੋ ਔਰ ਪੂਰਾ ਵੋਚ ਕਰਨ ਦੇ ਨਾਲ ਆਪਾਂ ਇਹਦੇ ਵਿੱਚ ਬਹੁਤ ਕੁਛ ਸਿੱਖ ਸਕਦੇ ਹਾਂ ਇਸ ਦਾਸੀ ਦੇ ਨਾਲ ਆਪਾਂ ਮਿਲ ਕੇ। ਅਤੇ ਆਓ ਆਪਾਂ ਇਸ ਕਲਾਮ ਦੇ ਜ਼ਰੀਏ ਆਪਾਂ ਹੋਰ ਵੀ ਪਰਮੇਸ਼ੁਰ ਦੀ ਦਾਸੀ ਦੇ ਜੋ ਵੀ ਪਰਮੇਸ਼ੁਰ ਨੇ ਉਹਨਾਂ ਗੱਲਬਾਤ ਕੀਤੀ ਇਸ ਵਚਨ ਦੇ ਦੁਆਰਾ ਅਤੇ ਆਪਾਂ ਉਹਦੇ ਕਲਾਮ ਦੇ ਦੁਆਰਾ ਸਿੱਖੀਏ ਪਰਮੇਸ਼ੁਰ ਦੇ ਹੋਰ ਵੀ ਨਜ਼ਦੀਕ ਜਾਈਏ ਔਰ ਇਹਦੇ ਵਿੱਚ ਬਹੁਤ ਕੁਛ ਸਿਖਾਇਆ ਜਾਂਦਾ ਵਾ ਕਿਉਂਕਿ ਇਹਦੇ ਵਿੱਚ ਇੰਨਾ ਕੁਛ ਇਹ ਮੈਂ ਅਖੀਰਲਾ ਪਹਿਲੇ 2 ਪਾਰਟ ਪਾਏ ਹੈਗੇ ਆ ਅਤੇ ਤੀਸਰਾ ਅਖੀਰਲਾ ਪਾਰਟ ਇਹ ਮੈਂ ਹੁਣ ਇਸ ਨੂੰ ਅਪਲੋਡ ਕਰਨ ਵਾਲੀ ਹੈ ਅਤੇ ਪਲੀਜ਼ ਇਸ ਨੂੰ ਜ਼ਰੂਰ ਵੋਚ ਕਰਨਾ ਪੂਰਾ ਦੇਖਣਾ ਔਰ ਤੁਸੀਂ ਪਿਆਰਾ ਜਿਹਾ ਕਮੈਂਟ ਕਰਨਾ ਤੁਸੀਂ ਇਸ ਤੋਂ ਕੀ ਸਿੱਖਿਆ ਕੀ ਪਾਇਆ ਅਤੇ ਕਮੈਂਟ ਵਿੱਚ ਆਮਿਨ ਜ਼ਰੂਰ ਲਿਖਣਾ ਠੀਕ ਹੈ। ਇਸ ਲਈ ਅਗਰ ਤੁਹਾਡੇ ਅੰਦਰ ਦਇਆ ਨਹੀਂ ਆ, ਤੁਸੀਂ ਨਿਰਦਈ ਆ, ਤੁਹਾਨੂੰ ਕਿਸੇ ਉੱਤੇ ਦਇਆ ਨਹੀਂ ਆਉਂਦੀ ਤਾਂ ਫਿਰ ਵਚਨ ਤੁਹਾਨੂੰ ਦੁਸ਼ਟ ਦੱਸਦਾ ਆ। ਆਓ ਆਪਾਂ ਦੇਖਦੇ ਮੱਤੀ ਦੀ ਕਿਤਾਬ ਉਹਦਾ 5 ਨੰਬਰ ਅਧਿਆਇ ਉਹਦੀ 9 ਤੋਂ 16 ਨੰਬਰ ਪੰਕਤੀ ਤੱਕ ਆਪਾਂ ਦੇਖ ਲੈਂਦੇ ਹਾਂ। ਕਹਿੰਦਾ ਧੰਨ ਉਹ ਜਿਹੜੇ ਹਲੀਮ ਹਨ ਕਿਉਂ ਜੋ ਧਰਤੀ ਦੇ ਵਾਰਸ ਹੋਣਗੇ। ਵਾਰਸ ਕਿਹਨਾਂ ਨੇ ਬਣਨਾ ਆ? ਜਿਹੜੇ ਹਲੀਮ ਹੋਣਗੇ, ਹੰਕਾਰੀਆਂ ਨੇ ਨਹੀਂ ਬਣਨਾ, ਹਲੀਮ ਜਿਹੜੇ ਹੋਣਗੇ ਉਹ ਵਾਰਸ ਬਣਨਗੇ ਧਰਤੀ ਦੇ। ਧੰਨ ਉਹ ਜਿਹੜੇ ਧਰਮ ਦੇ ਭੁੱਖੇ ਧਿਆਏ ਹਨ ਕਿਉਂ ਜੋ ਉਹ ਰਜਾਏ ਜਾਣਗੇ। ਕਹਿੰਦਾ ਧੰਨ ਆ ਉਹ ਜਿਹੜੇ ਪਰਮੇਸ਼ਵਰ ਦੀ ਚਾਹਤ ਦੇ ਭੁੱਖੇ ਆ, ਪਰਮੇਸ਼ਵਰ ਦੇ ਸੁਭਾਅ ਦੇ ਭੁੱਖੇ ਆ, ਪਰਮੇਸ਼ਵਰ ਦੇ ਕੰਮਾਂ ਦੇ ਭੁੱਖੇ ਆ ਕਿ ਪ੍ਰਭੂ ਅਸੀਂ ਤੇਰੇ ਵਰਗੇ ਬਣ ਜਾਈਏ, ਤੂੰ ਸਾਡੇ ਵਿੱਚ ਮਹਿਕਣਾ ਸ਼ੁਰੂ ਕਰ ਦੇ, ਤੇਰੀ ਤਸਵੀਰ ਸਾਡੇ ਵਿੱਚੋਂ ਨਜ਼ਰ ਆਉਣੀ ਸ਼ੁਰੂ ਹੋ ਜਾਏ, ਸਾਡੇ ਕੰਮਾਂ 'ਚੋਂ ਤੇਰੇ ਕੰਮ ਨਜ਼ਰ ਆਉਣੇ ਸ਼ੁਰੂ ਹੋ ਜਾਣ। ਜਿਨ੍ਹਾਂ ਦੀ ਭੁੱਖ ਪਿਆਸ ਇਹ ਆ ਕੀ ਕਹਿੰਦਾ ਆ, ਕਹਿੰਦਾ ਉਹ ਰਜਾਏ ਜਾਣਗੇ। ਆਪਾਂ ਇਸ ਸੰਸਾਰ ਦੇ ਅਹੁਦਿਆਂ ਦੀ ਭੁੱਖ ਨਹੀਂ ਰੱਖਣੀ, ਧਰਮ ਦੇ ਕੰਮਾਂ ਦੀ ਭੁੱਖ ਤੇ ਪਿਆਸ ਰੱਖਣੀ ਆ ਤੇ ਫਿਰ ਅਸੀਂ ਇੱਥੇ ਵੀ ਤੇ ਉੱਥੇ ਵੀ ਰਜਾਏ ਜਾਵਾਂਗੇ। ਹਾਲੇਲੂਇਆ। ਕਹਿੰਦਾ ਧੰਨ ਉਹ ਜਿਹੜੇ ਦਇਆਵਾਨ ਹਨ ਕਿਉਂ ਜੋ ਉਹਨਾਂ ਉੱਤੇ ਦਇਆ ਕੀਤੀ ਜਾਵੇਗੀ। ਵਚਨ 'ਚ ਅੱਗੇ ਵੀ ਕਈ ਵਾਰੀ ਆਪਾਂ ਪੜ੍ਹਿਆ ਆ, ਵਚਨ ਦੇ ਵਿੱਚ ਲਿਖਿਆ ਕਹਿੰਦਾ ਜਿਹੜਾ ਤਲਵਾਰ ਦੇ ਨਾਲ ਵੱਢਦਾ ਉਹ ਤਲਵਾਰ ਦੇ ਨਾਲ ਹੀ ਵੱਢਿਆ ਜਾਊਗਾ ਤੇ ਜਿਹੜਾ ਦਇਆ ਕਰਦਾ ਉਹਦੇ ਉੱਤੇ ਦਇਆ ਕੀਤੀ ਜਾਊਗੀ। ਤੇ ਇੱਥੇ ਫਿਰ ਤੋਂ ਆਪਾਂ ਇਹੀ ਪੜ੍ਹਦੇ ਕਹਿੰਦਾ ਧੰਨ ਉਹ ਜਿਹੜੇ ਦਇਆਵਾਨ ਹਨ ਕਿਉਂ ਜੋ ਉਹਨਾਂ ਉੱਤੇ ਦਇਆ ਕੀਤੀ ਜਾਵੇਗੀ।
ਧੰਨ ਉਹ ਜਿਹੜੇ ਸ਼ੁੱਧ ਮਨ ਹਨ, ਕਿਉਂ ਜੋ ਉਹ ਪਰਮੇਸ਼ਵਰ ਨੂੰ ਵੇਖਣਗੇ। ਪਰਮੇਸ਼ਵਰ ਨੂੰ ਕੌਣ ਦੇਖਣਗੇ? ਸ਼ੁੱਧ ਮਨ, ਜਿਨ੍ਹਾਂ ਦੇ ਮਨਾਂ ਦੇ ਅੰਦਰ ਫਰੇਬ ਨਹੀਂ ਆ, ਵਲ ਛਲ ਨਹੀਂ ਆ, ਪਾਪ ਨਹੀਂ ਆ, ਜਿਨ੍ਹਾਂ ਦੇ ਮਨਾਂ ਦੇ ਅੰਦਰ ਮੈਲ ਨਹੀਂ ਆ, ਜਿਹੜੇ ਸ਼ੁੱਧ ਆ, ਜਿਹੜੇ ਬੰਦੇ ਨੂੰ ਬੰਦਾ ਸਮਝਦੇ ਆ, ਪਰਮੇਸ਼ਵਰ ਨੂੰ ਵਾਕਿਆ ਹੀ ਪਰਮੇਸ਼ਵਰ ਸਮਝ ਕੇ ਮੰਨਦੇ ਆ, ਪਰਮੇਸ਼ਵਰ ਦਾ ਭੈ ਰੱਖਦੇ ਆ, ਔਰ ਪਰਮੇਸ਼ਵਰ ਦੇ ਬਾਣੀ ਦੇ ਅਨੁਸਾਰ ਚੱਲਦੇ ਸ਼ੁੱਧ ਆ, ਜਿਹੜੇ ਉਹ ਹੀ ਪਰਮੇਸ਼ਵਰ ਨੂੰ ਦੇਖ ਸਕਦੇ ਆ। ਤੇ ਜੇ ਕੋਈ ਵੱਢ ਟੁੱਕ ਕਰਕੇ, ਲੜਾਈ ਝਗੜਾ ਕਰਕੇ, ਦਾਰੂ ਦੇ ਨਾਲ ਟੱਲੀ ਹੋ ਕੇ, ਨਸ਼ਾ ਘੋਟ ਕੇ ਪੀ ਕੇ, ਜਾਂ ਹੋਰ ਕੋਈ ਪੁੱਠੇ ਸਿੱਧੇ ਕੰਮ ਕਰਕੇ ਕਹੇ ਰਾਤੀ ਮੇਰੇ ਸੁਪਨੇ ਵਿੱਚ ਪ੍ਰਭੂ ਜੀ ਆਏ ਸੀ, ਬਿਲਕੁਲ ਗਲਤ ਗੱਲ ਆ। ਝੂਠ ਦੇ ਬਿਨਾਂ ਇਹ ਕੁਛ ਨਹੀਂ ਆ। ਸ਼ੁੱਧ ਮਨ ਉਹਨੂੰ ਦੇਖਣਗੇ। ਹਾਂ, ਜੇ ਇਸ ਹਾਲਤ ਦੇ ਵਿੱਚ ਵੀ ਤੁਹਾਡੇ ਸੁਪਨੇ ਵਿੱਚ ਪ੍ਰਭੂ ਜੀ ਆਏ ਆ, ਤਾਂ ਫਿਰ ਜ਼ਰੂਰ ਉਹ ਤੁਹਾਨੂੰ ਸੁਧਰਨ ਦਾ ਸੁਨੇਹਾ ਦੇ ਕੇ ਗਏ ਹੋਣਗੇ ਕਿ ਸੁਧਰ ਜਾ, ਇਸ ਲਈ ਜ਼ਰੂਰ ਆਏ ਹੋਣਗੇ। ਤੇ ਜੇ ਤੁਸੀਂ ਕਹੋ ਸਾਡੇ ਉੱਤੇ ਇੱਕ ਡੀਪ ਰੈਵਲੇਸ਼ਨ ਪ੍ਰਗਟ ਕਰਨ ਦੇ ਲਈ ਆਏ ਸੀ, ਤਾਂ ਫਿਰ ਗਲਤ ਗੱਲ ਆ। ਧੰਨ ਉਹ ਜਿਹੜੇ ਮੇਲ ਕਰਾਉਣ ਵਾਲੇ ਹਨ, ਕਿਉਂ ਜੋ ਪਰਮੇਸ਼ਵਰ ਦੇ ਪੁੱਤਰ ਕਹਾਉਣਗੇ। ਪਰਮੇਸ਼ਵਰ ਸਾਡਾ ਪਿਤਾ, ਪਰਮੇਸ਼ਵਰ ਸਾਡਾ ਬਾਪੂ, ਪਰਮੇਸ਼ਵਰ ਸਾਡਾ ਗੁਰੂ, ਇਦਾਂ ਕਹਿਣ ਦੇ ਨਾਲ ਉਹਦੇ ਧੀਆਂ ਪੁੱਤਰ ਨਹੀਂ ਬਣ ਹੁੰਦਾ। ਜੇ ਵਾਕਿਆ ਹੀ ਜਿਨ੍ਹਾਂ ਦਾ ਰਿਸ਼ਤਾ ਪਰਮੇਸ਼ਵਰ ਦੇ ਨਾਲ ਉਹ ਟੁੱਟ ਚੁੱਕਾ ਆ, ਤੇ ਤੁਹਾਡੇ ਅੰਦਰ ਇਹ ਪਿਆਸ ਆ ਕਿ ਮੈਂ ਇਹਦਾ ਰਿਸ਼ਤਾ ਪਰਮੇਸ਼ਵਰ ਦੇ ਨਾਲ ਜੋੜਾਂ, ਮੈਂ ਇਹਨਾਂ ਨੂੰ ਦੱਸਾਂ ਪਰਮੇਸ਼ਵਰ ਦੇ ਨਾਲ ਮੇਲ ਮਿਲਾਪ ਕਿੱਦਾਂ ਹੋ ਸਕਦਾ ਆ। ਦੋ ਰੁੱਸਿਆਂ ਹੋਇਆਂ ਭਰਾਵਾਂ ਦਾ ਮੇਲ ਮਿਲਾਪ ਕਰਾਉਣ ਦਾ ਤੁਹਾਡਾ ਦਿਲ ਕਰਦਾ ਆ, ਟੁੱਟੇ ਰਿਸ਼ਤਿਆਂ ਨੂੰ ਤੁਹਾਡਾ ਜੋੜਨ ਦਾ ਦਿਲ ਕਰਦਾ ਆ, ਤਦ ਤੁਸੀਂ ਪਰਮੇਸ਼ਵਰ ਦੇ ਧੀਆਂ ਤੇ ਪੁੱਤਰ ਕਹਾਓਗੇ, ਅਦਰਵਾਈਜ਼ ਨਹੀਂ। ਇਹ ਨਹੀਂ ਵੀ ਇਹਦੇ ਘਰੋਂ ਉੱਠ ਕੇ ਗਏ ਤੇ ਉਹਦੇ ਘਰ ਜਾ ਕੇ ਕਹੋ ਤੈਨੂੰ ਪਤਾ ਤੇਰਾ ਭਰਾ ਤਾਂ ਕਹਿੰਦਾ ਸੀ ਮੇਰੇ ਸੱਤ ਮਰਲੇ ਦੱਬੀ ਬੈਠਾ ਆ, ਤੈਨੂੰ ਪਤਾ ਤੇਰੀ ਜਠਾਣੀ ਕਹਿੰਦੀ ਸਾਡਾ ਸਾਰਾ ਕੁਝ ਵੇਚ ਕੇ ਖਾ ਗਈ ਆ, ਜਦੋਂ ਦੀ ਇਹ ਆਈ ਆ ਉਦੋਂ ਦਾ ਸਾਡੇ ਨਿਆਣੇ ਬਿਮਾਰ ਰਹਿੰਦੇ ਆ, ਤੇ ਫਿਰ ਤੁਸੀਂ ਸੰਡੇ ਨੂੰ ਆ ਜਾਓ ਚਰਚ ਦੇ ਵਿੱਚ ਜਾਂ ਕਿਸੇ ਹੋਰ ਧਾਰਮਿਕ ਸਥਾਨਾਂ ਵੱਲ ਨੂੰ ਤੁਰ ਪਵੋ, ਤਾਂ ਫਿਰ ਕਹੋ ਜੀ ਪਰਮੇਸ਼ਵਰ ਹੇ ਪਿਤਾ ਤੂੰ ਮੇਰਾ ਪਿਤਾ ਆ। ਨੋ, ਇਦਾਂ ਕਹਿਣ ਦੇ ਨਾਲ ਨਹੀਂ ਗੱਲ ਬਣਨੀ। ਕਹਿਣ ਦੇ ਨਾਲ ਤੇ ਅੱਜ ਬਹੁਤ ਸਾਰੇ ਲੋਕ ਕਹੀ ਜਾਂਦੇ ਕਿ ਬਸ ਮਸੀਹੀ ਜਿਹੜੇ ਆ ਅਸੀਂ ਆ, ਬਾਕੀ ਤਾਂ ਸਾਰੇ ਓਦਾਂ ਹੀ ਆ। ਕੰਮਾਂ ਦੇ ਨਾਲ, ਕੰਮਾਂ ਦੇ ਨਾਲ ਪ੍ਰੂਵ ਕਰੋ। ਸਿਆਣੇ ਇੱਕ ਖੌਤ ਬੋਲਦੇ ਹੁੰਦੇ, ਕਹਿੰਦੇ ਇਹ ਗੱਲੀ ਬਾਤੀ ਮੈਂ ਵੱਡੀ ਤੇ ਕਰਤੂਤੀ ਮੇਰੀ ਜਠਾਣੀ, ਮੈਂ ਗੱਲਾਂ ਬਾਤਾਂ ਦੇ ਨਾਲ ਵੱਡੀ ਆ, ਕੰਮ ਮੇਰੀ ਜਠਾਣੀ ਨੂੰ ਕਰਨਾ ਆਉਂਦਾ ਆ। ਪਰ ਸਿਆਣਿਆਂ ਨੂੰ ਪਛਾਣ ਆ, ਉਹ ਕੰਮਾਂ ਤੋਂ ਪਛਾਣ ਕਰਦੇ, ਗੱਲਾਂ ਤੋਂ ਪਛਾਣ ਨਹੀਂ ਕਰਦੇ। ਹਾਲੇਲੂਇਆ। ਇਸ ਲਈ ਕਹਿੰਦਾ ਧੰਨ ਆ ਉਹ ਜਿਹੜੇ ਮੇਲ ਕਰਾਉਣ ਵਾਲੇ ਹਨ, ਕਿਉਂ ਜੋ ਉਹ ਪਰਮੇਸ਼ਵਰ ਦੇ ਪੁੱਤਰ ਕਹਾਉਣਗੇ। ਧੰਨ ਉਹ ਜਿਹੜੇ ਧਰਮ ਦੇ ਕਾਰਨ ਸਤਾਏ ਗਏ ਹਨ, ਕਿਉਂ ਜੋ ਸੁਰਗ ਰਾਜ ਉਹਨਾਂ ਦਾ ਹੈ। ਇਹ ਆਪਾਂ ਪਹਿਲਾਂ ਹੀ ਡਿਸਕਸ ਕੀਤਾ ਆ। ਕਹਿੰਦਾ ਧੰਨ ਉਹ ਤੁਸੀਂ ਜਾਂ ਮਨੁੱਖ ਮੇਰੇ ਕਾਰਨ ਤੁਹਾਨੂੰ ਬੋਲੀਆਂ ਮਾਰਨਗੇ ਅਤੇ ਸਤਾਉਣਗੇ ਅਤੇ ਹਰੇਕ ਬੁਰੀ ਗੱਲ ਤੁਹਾਡੇ ਉੱਤੇ ਝੂਠ ਮੂਠ ਲਾਉਣਗੇ। ਆਨੰਦ ਹੋਵੋ ਅਤੇ ਖੁਸ਼ੀ ਕਰੋ, ਕਿਉਂ ਜੋ ਤੁਹਾਡਾ ਫਲ ਸਵਰਗ ਵਿੱਚ ਬਹੁਤ ਹੈ। ਇਸ ਲਈ ਜੋ ਉਹਨਾਂ ਨੇ ਤੁਹਾਤੋਂ ਅਗਲੇ ਨਬੀਆਂ ਨੂੰ ਇਸੇ ਤਰ੍ਹਾਂ ਸਤਾਇਆ ਸੀ। ਕਹਿੰਦਾ ਧੰਨ ਆ ਤੁਸੀਂ ਜੋ ਮਨੁੱਖ ਤੁਹਾਨੂੰ ਮੇਰੇ ਕਰਕੇ ਕਹਿੰਦਾ ਬੋਲੀਆਂ ਮਾਰਨ, ਉਹ ਕਹਿਣ
ਨੂੰ ਜਾਂਦਾ ਆ, ਇਦਾਂ ਕਰਦਾ ਆ, ਇਹ ਯਿਸੂ ਮਸੀਹ ਨੂੰ ਮੰਨਦਾ ਹੈ, ਇਦਾਂ ਕਰਦਾ ਆ। ਕਹਿੰਦਾ ਜੋ ਤੁਹਾਨੂੰ ਸਤਾਉਣ, ਕੋਈ ਗੱਲ ਨੀ, ਤੁਹਾਡੇ ਤੋਂ ਪਹਿਲਾਂ ਵੀ ਜਿਹੜੇ ਨਬੀ ਹੋਏ ਆ ਇਹਨਾਂ ਨੇ ਉਹਨਾਂ ਨੂੰ ਵੀ ਸਤਾਇਆ ਸੀ। ਤੁਹਾਨੂੰ ਪਤਾ ਆਪਾਂ ਕਿੰਨਾ ਲੋਕਾਂ ਦੇ ਵਿੱਚ ਰਹਿੰਦੇ ਆ ਜਿਹੜੇ ਸਾਰੀ ਉਮਰ ਆਪਣੇ ਮਾਂ ਪਿਓ ਦੇ ਆਖੇ ਨਹੀਂ ਲੱਗਦੇ, ਮਰਿਆਂ ਦੇ ਨਾਂ ਦੇ ਲੰਗਰ ਲਾਉਂਦੇ। ਆਪਾਂ ਉਹਨਾਂ ਲੋਕਾਂ ਦੇ ਵਿੱਚ ਰਹਿੰਦੇ ਆ, ਆਪਾਂ ਉਹਨਾਂ ਲੋਕਾਂ ਦੇ ਵਿੱਚ ਰਹਿੰਦੇ ਆ ਜਿਨ੍ਹਾਂ ਨੇ ਜੀਂਦੇ ਜੀ ਅਕਲ ਦੇਣ ਵਾਲਿਆਂ ਨੂੰ ਢੀਮਾ ਮਾਰੀਆਂ ਤੇ ਮਰਨ ਪਿੱਛੋਂ ਉਹਨਾਂ ਦੀਆਂ ਫੋਟੋਆਂ ਟੰਗ ਕੇ ਹਾਰ ਪਾ ਲਏ ਤੇ ਅੱਜ ਉਹਨਾਂ ਦੇ ਨਾਂ ਤੇ ਲੜਾਈਆਂ ਚੱਲਦੀਆਂ ਆ। ਆਪਾਂ ਉਹਨਾਂ ਲੋਕਾਂ ਦੇ ਵਿੱਚ ਰਹਿੰਦੇ ਆ, ਪਰ ਆਪਾਂ ਉਹਨਾਂ ਪੂਰਣਿਆਂ ਉੱਤੇ ਨਹੀਂ ਚੱਲਣਾ। ਆਪਾਂ ਇੱਕ ਨਵੀਂ ਐਗਜ਼ਾਮਪਲ ਸੈੱਟ ਕਰਨੀ ਆ, ਜੀਂਦਿਆਂ ਦਾ ਵੀ ਆਦਰ ਕਰੋ ਪਰ ਮਰਨ ਪਿੱਛੋਂ ਉਹਨਾਂ ਦੀ ਸਿੱਖਿਆ ਨੂੰ ਚੇਤੇ ਰੱਖੋ ਔਰ ਉਹ ਸਿੱਖਿਆ ਆਪਣੇ ਬੱਚਿਆਂ ਨੂੰ ਵੀ ਦਿਓ। ਹਾਲੇਲੂਇਆ। ਤੁਸੀਂ ਧਰਤੀ ਦੇ ਲੂਣ ਹੋ, ਪਰ ਜੇ ਲੂਣ ਬੇਸਵਾਦ ਹੋ ਜਾਵੇ ਤਾਂ ਕਿਸ ਬੇਦਸ ਲੂਣਾ ਕੀਤਾ ਜਾਵੇਗਾ। ਵਚਨ ਸਾਨੂੰ ਧਰਤੀ ਦੇ ਲੂਣ ਦੱਸਦਾ ਆ। ਜਿਹੜਾ ਲੂਣ ਆ ਉਹਨੂੰ ਪ੍ਰੀਜ਼ਰਵ ਕਰਨ ਦੇ ਲਈ ਪਹਿਲਾਂ ਵਰਤਿਆ ਜਾਂਦਾ ਸੀ ਕਿ ਕੋਈ ਚੀਜ਼ ਖਰਾਬ ਨਾ ਹੋਵੇ, ਵੱਧ ਤੋਂ ਵੱਧ ਲੂਣ ਉਹਦੇ ਵਿੱਚ ਪਾ ਦਿਓ ਕਿ ਉਹ ਖਰਾਬ ਨਾ ਹੋਵੇ, ਉਹਨੂੰ ਬਚਾਇਆ ਜਾ ਸਕੇ। ਫਿਰ ਲੂਣ ਨੂੰ ਕਿਸੇ ਚੀਜ਼ ਨੂੰ ਸਵਾਦਲਾ ਬਣਾਉਣ ਦੇ ਲਈ ਇਸਤੇਮਾਲ ਕੀਤਾ ਜਾਂਦਾ ਹੈ। ਅਗਰ ਸਾਰੀ ਧਰਤੀ ਦੇ ਲੋਕ ਕੁਧਰਮ ਦੇ ਵਿੱਚ ਚਲੇ ਜਾਣ, ਪਾਪ ਦੇ ਵਿੱਚ ਚਲੇ ਜਾਣ ਤਾਂ ਕਿੰਨਾ ਵੱਡਾ ਕਹਿਰ ਹੋਊਗਾ। ਪਰ ਇਸ ਧਰਤੀ ਨੂੰ ਬੈਲੈਂਸ ਕਰਨ ਦੇ ਲਈ, ਕੁਝ ਲੋਕਾਂ ਦੇ ਜੀਵਨ ਨੂੰ ਤਬਦੀਲ ਕਰਨ ਦੇ ਲਈ ਪਰਮੇਸ਼ਵਰ ਨੇ ਬਹੁਤ ਸਾਰੇ ਲੋਕਾਂ ਨੂੰ ਧਾਰਮਿਕਤਾ ਬਖਸ਼ੀ ਆ ਔਰ ਉਹ ਧਾਰਮਿਕਤਾ ਸਾਡਾ ਲੂਣ ਆ। ਹਾਲੇਲੂਇਆ। ਤਾਂ ਸਾਨੂੰ ਪਰਮੇਸ਼ਵਰ ਦਾ ਵਚਨ ਲੂਣ ਦੱਸਦਾ ਆ ਕਿ ਅਸੀਂ ਜਿੱਥੇ ਵੀ ਜਾਈਏ ਅਸੀਂ ਬਚਾਉਣ ਵਾਲਾ ਕੰਮ ਕਰੀਏ, ਅਸੀਂ ਕਿਸੇ ਚੀਜ਼ ਨੂੰ ਖਰਾਬ ਨਾ ਹੋਣ ਦਈਏ ਪਰ ਪ੍ਰੀਜ਼ਰਵ ਕਰਨ ਵਾਲਾ ਜਿਹੜਾ ਆ ਉਹ ਕੰਮ ਕਰੀਏ ਕਿ ਉਹ ਬਚਾਈ ਜਾ ਸਕੇ। ਅਸੀਂ ਉਸ ਜਗ੍ਹਾ ਤੇ ਖਰਾਬ ਹੋ ਰਹੇ ਹਾਲਾਤਾਂ ਨੂੰ, ਖਰਾਬ ਹੋ ਰਹੀਆਂ ਚੀਜ਼ਾਂ ਨੂੰ, ਜਿਹੜਾ ਵਾਤਾਵਰਣ ਆ, ਚਾਹੇ ਮਨੁੱਖਾਂ ਦੇ ਦੁਆਰਾ ਚਾਹੇ ਕਿੱਦਾਂ ਵੀ ਆ, ਉਹਨੂੰ ਠੀਕ ਰੱਖ ਸਕੀਏ। ਪਰਮੇਸ਼ਵਰ ਨੇ ਇਹ ਕੰਮ ਸਾਨੂੰ ਸੌਂਪਿਆ ਆ ਤੇ ਕਹਿੰਦਾ ਜੇ ਤੁਸੀਂ ਬੇਸਵਾਦੇ ਹੋ ਗਏ, ਜੇ ਲੂਣ ਹੀ ਖਰਾਬ ਹੋ ਗਿਆ ਤੇ ਫਿਰ ਉਹਦਾ ਕੀ ਕੀਤਾ ਜਾਊਗਾ? ਸਿਰਫ ਸੁੱਟਿਆ ਜਾ ਸਕਦਾ, ਹੋਰ ਉਹਦਾ ਕੁਛ ਨਹੀਂ ਕੀਤਾ ਜਾ ਸਕਦਾ। ਜੇ ਦੂਜਿਆਂ ਵੱਲ ਦੇਖ ਕੇ ਵੀ ਇਹ ਤਾਂ ਇੰਨੇ ਆ, ਹੁਣ ਇੰਨਿਆਂ ਦਾ ਆਪਾਂ ਕੀ ਕਰਾਂਗੇ? ਜਿੰਨੇ ਆਲੂ ਪਾਉਣੇ ਉਹਨਾਂ ਹੀ ਲੂਣ ਪਾਉਣੇ ਸਬਜ਼ੀ ਵਿੱਚ, ਜਾਂ ਜਿੰਨੀ ਦਾਲ ਪਾਉਣੇ ਉਹਨਾਂ ਹੀ ਲੂਣ ਪਾਉਂਦੇ ਆ? ਲੂਣ ਥੋੜਾ ਜਿਹਾ ਹੀ ਕਾਫੀ ਹੁੰਦਾ ਆ। ਇਸ ਲਈ ਇਹ ਨਾ ਦੇਖੋ ਕਿ ਭਾਜੀ ਵਾਲਾ ਪਤੀਲਾ ਕਿੰਨਾ ਵੱਡਾ ਆ। ਬੇਸ਼ੱਕ ਤੁਸੀਂ ਥੋੜੇ ਆ ਪਰ ਬਹੁਤ ਸਾਰੀ ਫਿੱਕੀ ਚੀਜ਼ ਨੂੰ ਸਵਾਦਲਾ ਬਣਾਉਣ ਦੇ ਲਈ ਪਰਮੇਸ਼ਵਰ ਨੇ ਤੁਹਾਡੇ ਅੰਦਰ ਇੱਕ ਗੁਣ ਪਾਇਆ ਆ। ਹਾਲੇਲੂਇਆ। ਕਹਿੰਦਾ ਤੁਸੀਂ ਜਗਤ ਦੇ ਚਾਨਣ ਹੋ। ਜਿਹੜਾ ਨਗਰ ਪਹਾੜ ਉੱਤੇ ਵੱਸਦਾ ਉਹ ਗੁੱਜਾ ਨਹੀਂ ਰਹਿ ਸਕਦਾ। ਪਹਿਲਾਂ ਪ੍ਰਭੂ ਯਿਸੂ ਮਸੀਹ ਜੀ ਨੇ ਯੋਹਾਨਾ ਦੀ ਕਿਤਾਬ ਦੇ ਵਿੱਚ ਕਿਹਾ, ਕਹਿੰਦੇ ਜਗਤ ਦਾ ਚਾਨਣ ਮੈਂ ਹਾਂ। ਤੇ ਇੱਥੇ ਵਚਨ ਸਾਨੂੰ ਕੀ ਦੱਸਦਾ ਆ? ਜਗਤ ਦੇ ਚਾਨਣ ਤੁਸੀਂ ਹੋ। ਸ਼ੇਰ ਦਾ ਬੱਚਾ ਕੀ ਹੁੰਦਾ ਤੇ ਚਾਨਣ ਦਾ ਬੱਚਾ ਕੀ ਹੋਊਗਾ? ਫਿਰ ਚਾਨਣ। ਪਰਮੇਸ਼ਵਰ ਚਾਨਣ ਆ ਤੇ ਪਰਮੇਸ਼ਵਰ ਦੀ ਔਲਾਦ ਕੀ ਹੋਊਗੀ? ਚਾਨਣ। ਕਹਿੰਦਾ ਤੁਸੀਂ ਜਗਤ ਦਾ ਚਾਨਣ ਹੋ।
ਤੇ ਜਿਹੜਾ ਨਗਰ ਪਹਾੜ ਉੱਤੇ ਵਸਦਾ ਫਿਰ ਉਹ ਗੁੱਜਾ ਨਹੀਂ ਰਹਿੰਦਾ। ਜੇ ਪਰਮੇਸ਼ਵਰ ਨੇ ਤੁਹਾਨੂੰ ਉੱਚਿਆਂ ਕਰ ਦਿੱਤਾ, ਹੁਣ ਲੁਕਣ ਦੀ ਕੋਸ਼ਿਸ਼ ਨਾ ਕਰੋ, ਹੁਣ ਆਪਣੇ ਆਪ ਨੂੰ ਤੇ ਪਰਮੇਸ਼ਵਰ ਦੀ ਮਹਿਮਾ ਨੂੰ ਦਬਾਉਣ ਦੀ ਕੋਸ਼ਿਸ਼ ਨਾ ਕਰੋ। ਆਮੀਨ, ਹਾਲੇਲੂਇਆ, ਹਾਲੇਲੂਇਆ। ਯੈਸ, ਆਮੀਨ। ਪਲੀਜ਼ ਮੇਰੇ ਚੈਨਲ ਕੋ ਲਾਈਕ ਸਬਸਕ੍ਰਾਈਬ ਜ਼ਰੂਰ ਕਰ ਲੈਣਾ, ਇਸ ਚੈਨਲ ਕੋ ਸਬਸਕ੍ਰਾਈਬ ਜ਼ਰੂਰ ਕੀਜੀਏ। ਆਪਕਾ ਛੋਟਾ ਜਿਹਾ ਸਬਸਕ੍ਰਾਈਬ ਕਿਸੀ ਕੀ ਜ਼ਿੰਦਗੀ ਮੇਂ ਬਹੁਤ ਸਾਰੀ ਖੁਸ਼ੀਆਂ ਲਿਕਰਾ ਸਕਤਾ ਹੈ, ਔਰ ਪ੍ਰਭੂ ਆਪਕੋ ਵੀ ਬਹੁਤ ਤਾਈ ਸੇ ਖੁਸ਼ੀਆਂ ਔਰ ਬਰਕਤ ਦੇ, ਔਰ ਸਭੀ ਕੋ ਜਾਣੇ ਸੀ ਕਿ ਮੇਰੀ ਤਰਫ ਸੇ ਪਲੀਜ਼ ਸਬਸਕ੍ਰਾਈਬ ਜ਼ਰੂਰ ਕਰ ਲੈਣਾ। ਹਾਲੇਲੂਇਆ। ਔਰ ਜਦੋਂ ਤੁਸੀਂ ਹਨੇਰੇ ਦੇ ਵਿੱਚ ਜਾਓ, ਭਾਵ ਜਿੱਥੇ ਵਚਨ ਨਹੀਂ ਆ, ਉੱਥੇ ਤੁਹਾਡੇ ਅੰਦਰੋਂ ਵਚਨ ਬਾਹਰ ਨੂੰ ਨਿਕਲੇ ਤੇ ਨਜ਼ਰ ਆਵੇ। ਹਾਲੇਲੂਇਆ। ਤੁਸੀਂ ਚਾਨਣੋ, ਕਹਿੰਦਾ ਤੁਮ ਦੁਨੀਆ ਕੇ ਨੂਰ ਹੋ, ਹੁਣ ਤੁਹਾਡਾ ਕੰਮ ਚਮਕਣਾ ਆ, ਹੁਣ ਚਮਕੋ, ਵੇਲਾ ਆ ਗਿਆ ਆ, ਤੁਹਾਡੇ ਪ੍ਰਕਾਸ਼ਮਾਨ ਹੋਣ ਦਾ ਸਮਾਂ ਆ ਗਿਆ ਆ। ਔਰ ਪਰਮੇਸ਼ਵਰ ਨੇ ਤੁਹਾਨੂੰ ਪ੍ਰਕਾਸ਼ਮਾਨ ਕੀਤਾ ਹੈ, ਕਹਿੰਦਾ ਦੀਵਾ ਬਾਲ ਕੇ ਟੋਪੇ ਦੇ ਹੇਠ ਨਹੀਂ ਸਗੋਂ ਦੀਵਟ ਉੱਤੇ ਰੱਖਦੇ ਹਨ, ਤਾਂ ਉਹ ਸਭਨਾਂ ਨੂੰ ਜਿਹੜੇ ਘਰ ਵਿੱਚ ਹਨ ਚਾਨਣ ਦਿੰਦਾ ਹੈ। ਇਸੇ ਤਰ੍ਹਾਂ ਤੁਹਾਡਾ ਚਾਨਣ ਮਨੁੱਖਾਂ ਦੇ ਸਾਹਮਣੇ ਚਮਕੇ, ਤਾਂ ਜੋ ਉਹ ਤੁਹਾਡੇ ਸ਼ੁਭ ਕਰਮ ਵੇਖ ਕੇ ਤੁਹਾਡੇ ਪਿਤਾ ਦੀ ਜਿਹੜਾ ਸਵਰਗ ਵਿੱਚ ਹੈ ਵਡਿਆਈ ਕਰਨ। ਬੁਰਿਆਈ ਵੱਲ ਦੇਖ ਕੇ ਕਹਿੰਦਾ ਤੁਸੀਂ ਬੁਰੇ ਕੰਮ ਕਰਨੇ ਨਾ ਸ਼ੁਰੂ ਕਰ ਦਿਓ, ਝੂਠ ਸੁਣ ਸੁਣ ਕੇ ਝੂਠ ਬੋਲਣਾ ਨਾ ਸ਼ੁਰੂ ਕਰ ਦਿਓ, ਪਾਪ ਦੇਖ ਦੇਖ ਕੇ ਪਾਪ ਕਰਨਾ ਨਾ ਸ਼ੁਰੂ ਕਰ ਦਿਓ। ਤੁਹਾਡਾ ਚਾਨਣ ਤੁਹਾਡੇ ਮਨੁੱਖਾਂ ਦੇ ਉੱਤੇ, ਤੁਹਾਡੇ ਆਸ ਪੜੋਸ ਦੇ ਉੱਤੇ, ਤੁਹਾਡੇ ਪਰਿਵਾਰ ਦੇ ਵਿੱਚ ਏਦਾਂ ਚਮਕੇ ਕਿ ਉਹ ਤੁਹਾਡੇ ਕੰਮਾਂ ਤੋਂ ਤੁਹਾਡੇ ਪਰਮੇਸ਼ਵਰ ਦੀ ਮਹਿਮਾ ਕਰਨ। ਤੁਹਾਡੇ ਚੰਗੇ ਕੰਮਾਂ ਤੋਂ ਲਿਖਿਆ ਸ਼ੁਭ ਕਰਮਾਂ ਨੂੰ ਦੇਖ ਕੇ ਤੁਹਾਡੇ ਪਿਤਾ ਦੀ ਜਿਹੜੀ ਆ ਉਹ ਵਡਿਆਈ ਕਰਨ। ਕਿਹੜੇ ਪਿਤਾ ਦੀ? ਕਹਿੰਦਾ ਜਿਹੜਾ ਸਵਰਗ ਦੇ ਵਿੱਚ ਹੈ। ਹਾਲੇਲੂਇਆ। ਪਹਿਲਾ ਕੁਰੰਥੀਆ ਉਹਦਾ 15 ਨੰਬਰ ਅਧਿਆਏ ਉਹਦੀ 57 ਨੰਬਰ ਪੰਕਤੀ ਦੇ ਵਿੱਚ ਲਿਖਿਆ, ਪਰ ਧੰਨਵਾਦ ਹੈ ਪਰਮੇਸ਼ਵਰ ਦਾ ਜੋ ਸਾਨੂੰ ਸਾਡੇ ਪ੍ਰਭੂ ਯਿਸੂ ਮਸੀਹ ਦੇ ਰਾਹੀਂ ਫਤਿਹ ਬਖਸ਼ਦਾ ਹੈ। ਹਾਲੇਲੂਇਆ। ਜਿੰਨਾ ਵਿਰੋਧ 12 ਚੇਲਿਆਂ ਨੇ ਬਰਦਾਸ਼ਤ ਕੀਤਾ, ਸ਼ਾਇਦ ਅੱਜ ਦੇ ਮਨੁੱਖਾਂ ਦੀ ਵੱਸ ਦੀ ਗੱਲ ਨਹੀਂ ਆ, ਪਰ ਜੇ ਪਰਮੇਸ਼ਵਰ ਆਪਣਾ ਸਮਰਥ ਦੇ ਦੇਵੇ, ਆਪਣਾ ਦਲੇਰੀ ਦਾ ਆਤਮਾ ਦੇ ਦੇਵੇ, ਤਾਂ ਪਰਮੇਸ਼ਵਰ ਉਸ ਤੋਂ ਵੀ ਵੱਧ ਇਸਤੇਮਾਲ ਕਰ ਸਕਦੇ ਆ। ਪਰ ਇਹ ਸਧਾਰਨ ਗੱਲ ਨਹੀਂ ਆ, ਜੋ ਹੋ ਰਿਹਾ ਇਹ ਨਥਿੰਗ ਆ, ਇਹ ਕੁਛ ਵੀ ਨਹੀਂ ਆ। ਪਿਛਲੀ ਵਾਰੀ ਵੀ ਤੁਹਾਨੂੰ ਇਹ ਕਿਹਾ ਸੀਗਾ ਕਿ ਪਰਮੇਸ਼ਵਰ ਦੀ ਕਿੰਗਡਮ ਦੇ ਵਿੱਚ ਕੰਮ ਕਰਨਾ ਸ਼ੁਰੂ ਕਰੋ, ਆਪਣੀਆਂ ਗਵਾਹੀਆਂ ਨੂੰ ਪੋਸਟ ਕਰਨਾ ਸ਼ੁਰੂ ਕਰੋ। ਜੇ ਹੱਥ ਖੜੇ ਕਰਾਵਾਂ ਤੇ ਮੈਨੂੰ ਪਤਾ ਨਹੀਂ ਨਜ਼ਰ ਆਉਣ ਕਿ ਨਾ ਆਉਣ, ਪਰ ਵਚਨ 'ਚ ਲਿਖਿਆ ਜਿਹੜਾ ਦੀਵਾ ਆ ਉਹਨੂੰ ਬਾਲ ਕੇ ਟੋਕਰੇ ਹੇਠਾਂ ਨਹੀਂ ਮੁੱਦਾ ਕੀਤਾ ਜਾਂਦਾ, ਉਹਦੇ ਉੱਤੇ ਟੋਕਰਾ ਨਹੀਂ ਮੁੱਦਾ ਮਾਰਿਆ ਜਾਂਦਾ, ਉਹਨੂੰ ਉੱਚੀ ਥਾਂ ਤੇ ਰੱਖਿਆ ਜਾਂਦਾ ਕਿ ਆਉਂਦੇ ਜਾਂਦਿਆਂ ਨੂੰ ਲੋ ਦੇਵੇ, ਕੋਈ ਹੋਰ ਠੋਕਰ ਦੇ ਨਾਲ ਨਾ ਡਿੱਗੇ ਪਰ ਚਾਨਣ ਦੇ ਵਿੱਚ ਸਹੀ ਚੱਲੇ। ਇੱਥੇ ਸਾਹਮਣੇ ਬਹਿਣ ਦੇ ਨਾਲ ਸਵਰਗ ਦਾ ਬੂਹਾ ਨਹੀਂ ਜੇ ਖੁੱਲਣਾ, ਸਿੱਧੀ ਗੱਲ ਆ, ਕੁਛ ਕਰਨਾ ਪੈਣਾ ਤੁਹਾਨੂੰ। ਤੁਹਾਡੇ ਲਈ ਪ੍ਰਭੂ ਯਿਸੂ ਮਸੀਹ ਜੀ ਨੇ ਸਾਰਾ ਕੁਛ ਪੂਰਾ ਕਰ ਦਿੱਤਾ, ਹੁਣ ਤੁਹਾਡੀ ਵਾਰੀ ਆ। ਕਰੋਗੇ
ਤਾਂ ਹਾਸਲ ਹੋ ਜੂਗਾ, ਨਹੀਂ ਕਰੋਗੇ ਤਾਂ ਬਸ ਫਿਰ ਰੌਣਕ ਮੇਲਾ ਹੀ ਆ, ਫਿਰ ਚਾਹ ਲੱਡੂ ਤਾਂ ਹੈਗੇ ਹੀ ਆ। ਪਰ ਯਾਦ ਰੱਖਿਓ, ਅਗਰ ਤੁਸੀਂ ਇੱਕ ਕਦਮ ਪਰਮੇਸ਼ਵਰ ਦੇ ਵੱਲ ਨੂੰ ਵਧਾਓਗੇ, ਸੈਂਕੜੇ ਕਦਮ ਉਹ ਤੁਹਾਨੂੰ ਅੱਗੇ ਹੋ ਕੇ ਆਪ ਕਾਮਯਾਬੀ ਬਖਸ਼ਣ ਦੇ ਲਈ ਆਵੇਗਾ। ਹਾਲੇਲੂਇਆ। ਕਹਿੰਦਾ ਹੇ ਪਰਮੇਸ਼ਵਰ, ਤੇਰੀ ਕਿਰਪਾ ਮੈਨੂੰ ਅਕਲ ਵਾਂਡੀ ਕਹਿ ਰਹੇ। ਉਹ ਅਕਲ ਵਾਂਡੀ ਆਪਣੀ ਕਿਰਪਾ ਨੂੰ ਲੈ ਕੇ ਤੁਹਾਡੇ ਰਾਹਾਂ ਦੇ ਵਿੱਚ ਹਾਜ਼ਰ ਹੋ। ਉਹਨੇ ਤੁਹਾਨੂੰ ਇਕੱਲਿਆਂ ਨਹੀਂ ਛੱਡਣਾ। ਕਹਿੰਦਾ ਨਦੀਆਂ ਤੈਨੂੰ ਡਬੋ ਨਾ ਸਕਣਗੀਆਂ, ਅੱਗ ਤੈਨੂੰ ਸਾੜ ਨਾ ਸਕੂਗੀ। ਤੇ ਵਚਨ ਚ ਤਾਂ ਇਹ ਵੀ ਲਿਖਿਆ, ਕਹਿੰਦਾ ਮੌਤ ਦੀ ਛਾਂ ਦੀ ਵਾਦੀ ਵਿੱਚ ਵੀ ਮੈਂ ਤੇਰੇ ਨਾਲ ਹੋਊਂਗਾ। ਇਸ ਲਈ ਡਰੋ ਨਾ, ਘਬਰਾਓ ਨਾ। ਤੁਸੀਂ ਕੋਈ ਲਹੂ ਮਾਸ ਦੇ ਨਾਲ ਥੋੜੀ ਲੜਨਾ, ਤੁਸੀਂ ਕੋਈ ਤੇਗਾ ਲੈ ਕੇ ਬੰਦਿਆਂ ਨੂੰ ਥੋੜੀ ਵੱਢਣਾ ਆ, ਤੁਸੀਂ ਗੋਡੇ ਟੇਕ ਕੇ ਪ੍ਰਾਰਥਨਾ ਕਰਨੀ ਆ, ਤੁਸੀਂ ਤਾਂ ਆਪਣੀ ਗਵਾਹੀ ਦੱਸਣੀ ਤੇ ਪਰਮੇਸ਼ਵਰ ਦਾ ਧੰਨਵਾਦ ਕਰਨਾ ਆ। ਸਾਰੇ ਕੰਮ ਪਰਮੇਸ਼ਵਰ ਜੀ ਆਪ ਕਰੀ ਜਾਂਦੇ ਆ। ਕਹਿੰਦਾ ਤੂੰ ਚੁੱਪ ਹੀ ਰਹਿ, ਤੇਰੀਆਂ ਲੜਾਈਆਂ ਮੈਂ ਲੜੂੰਗਾ। ਤੁਸੀਂ ਸਿਰਫ ਕਾਇਮ ਰਹਿਣਾ ਆ। ਕਹਿੰਦਾ ਬਿਪਤਾ ਨੂੰ ਦੇਖ ਕੇ ਬਹੁਤਿਆਂ ਦੀ ਪ੍ਰੀਤ ਠੰਡੀ ਹੋ ਜੂਗੀ, ਪਰ ਬਚਾਇਆ ਕੌਣ ਜਾਊਗਾ? ਉਹੀ ਜਿਹੜਾ ਅੰਤ ਤੋੜੀ ਸਹੂਗਾ। The open door church, Jesus healing ministry, ਉਹ ਬਾਈਬਲ ਬੇਸਡ ਮਿਨਿਸਟਰੀ ਆ ਜਿਹੜੀ ਤੁਹਾਨੂੰ ਲੱਲੋ ਪੱਤੇ ਦੀਆਂ ਗੱਲਾਂ ਨਹੀਂ ਦੱਸਦੀ, ਜਿਹੜੀ ਕਿ ਤੁਹਾਨੂੰ ਸ਼ੂਗਰ ਕੋਟਡ ਕੈਂਡੀਜ਼ ਦਾ ਪ੍ਰਸ਼ਾਦ ਨਹੀਂ ਦਿੰਦੀ, ਪਰ ਇੱਕ ਇੱਕ ਗੱਲ ਤੁਹਾਨੂੰ ਉਹੀ ਦੱਸੀ ਜਾਂਦੀ ਆ ਜੋ ਵਚਨ ਦੇ ਵਿੱਚ ਲਿਖਿਆ ਆ। ਔਰ ਜੋ ਸੁਣ ਕੇ, ਸਮਝ ਕੇ ਤੇ ਪੂਰਾ ਕਰਕੇ ਤੁਸੀਂ ਪਰਮੇਸ਼ਵਰ ਦੇ ਦਿਲ ਦੇ ਨੇੜੇ ਜਾ ਸਕਦੇ ਆ, ਪਰਮੇਸ਼ਵਰ ਦੀ ਬਾਦਸ਼ਾਹਤ 'ਚ ਪ੍ਰਵੇਸ਼ ਕਰ ਸਕਦੇ। ਉਹੀ ਗੱਲਾਂ ਇੱਥੇ ਸਿਖਾਈਆਂ ਜਾਂਦੀਆਂ ਆ। ਇਸ ਲਈ ਨਿੰਮ ਕੌੜੀ ਜ਼ਰੂਰ ਹੁੰਦੀ ਆ, ਪਰ ਸਾਰੇ ਫੋੜੀਆਂ ਫਿੰਸੀਆਂ ਨੂੰ ਜਿਹੜਾ ਆ ਉਹ ਖਤਮ ਕਰ ਦਿੰਦੀ ਆ। ਇਹ ਵਚਨ ਕਦੀ ਕਦੀ ਤੁਹਾਨੂੰ ਲੱਗ ਸਕਦਾ ਆ ਕਿ ਬਹੁਤ ਕੌੜਾ ਆ, ਅਸੀਂ ਤਾਂ ਕੁਛ ਹੋਰ ਸੋਚ ਕੇ ਆਏ ਸੀ। ਹੋ ਸਕਦਾ ਤੁਸੀਂ ਸੋਚ ਕੇ ਆਏ ਹੋਵੇ ਵੀ ਡਾਕਟਰ ਸਾਰੀਆਂ ਗੋਲੀਆਂ ਮਿੱਠੀਆਂ ਹੀ ਦਊਗਾ, ਪਰ ਉਹ ਵਿੱਚ ਕਨੈਨ ਦੀ ਪਾ ਦੇਵੇ ਤੇ ਜਦੋਂ ਤੱਕ ਕਨੈਨ ਦੀ ਗੋਲੀ ਨਾ ਮਿਲੇ ਮਲੇਰੀਆ ਹਟਦਾ ਨਹੀਂ। ਹੋ ਸਕਦਾ ਤੁਸੀਂ ਕੁਝ ਹੋਰ ਐਕਸਪੈਕਟ ਕਰਕੇ ਆਏ ਹੋਵੋ, ਪਰ ਗੋਡ ਨੋਜ਼ ਕਿ ਅੱਜ ਤੁਹਾਨੂੰ ਕਿਹੜੀ ਖੁਰਾਕ ਦੀ ਜ਼ਰੂਰਤ ਆ। ਉਹਨੇ ਤੁਹਾਨੂੰ ਉਹੀ ਖੁਰਾਕ ਦੇਣੀ ਆ ਜਿਹੜੀ ਖਾ ਕੇ ਪਹਿਲੀ ਖੁਰਾਕ ਦੇ ਨਾਲ ਹੀ ਤੁਸੀਂ ਨਰੋਏ ਹੋ ਜਾਓ ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਵਿੱਚ। ਕਹਿੰਦਾ ਉਹ ਪ੍ਰਭੂ ਯਿਸੂ ਮਸੀਹ ਦੇ ਰਾਹੀਂ ਫਤਿਹ ਬਖਸ਼ਦਾ ਹੈ। ਹਾਲੇਲੂਇਆ। ਫਤਿਹ ਸਾਡੀ ਆ, ਪਰਮੇਸ਼ਵਰ ਨੇ ਸਾਨੂੰ ਫਤਿਹ ਬਖਸ਼ੀ ਆ। ਹਾਲੇਲੂਇਆ। ਪਹਿਲਾ ਯੋਹੰਨਾ ਉਹਦਾ 5 ਅਧਿਆਏ ਉਹਦੀ 4 ਨੰਬਰ ਪੰਕਤੀ 'ਚ ਇਦਾਂ ਲਿਖਿਆ, ਕਿਉਂ ਜੋ ਹਰੇਕ ਜਿਹੜਾ ਪਰਮੇਸ਼ਵਰ ਤੋਂ ਜੰਮਿਆ ਹੈ ਉਹ ਸੰਸਾਰ ਉੱਤੇ ਫਤਿਹ ਪਾਉਂਦਾ ਹੈ, ਔਰ ਫਤਿਹ ਇਹ ਹੈ ਜਿਨੇ ਸੰਸਾਰ ਉੱਤੇ ਫਤਿਹ ਪਾਈ ਅਰਥਾਤ ਸਾਡੀ ਨੇਚਾ। ਫਤਿਹ ਕੌਣ ਪਾਉਂਦਾ ਆ? ਜਿਹੜਾ ਪਰਮੇਸ਼ਵਰ ਤੋਂ ਜੰਮਿਆ ਆ ਔਰ ਨੇਚਾ ਕਰਦਾ ਆ। ਨੇਚਾ ਕਿਹੜੀ ਚੀਜ਼ ਦੀ ਕਰਨੀ ਆ? ਕਿ ਉਹ ਆਪਣੇ ਤਾਲੀਬਾਂ ਦਾ ਫਲ ਦਾਤਾ ਆ, ਉਹ ਸਾਡੇ ਗੁਨਾਹਾਂ ਦੇ ਲਈ ਸਲੀਬ ਦੇ ਉੱਤੇ ਬਲੀਦਾਨ ਹੋ ਗਿਆ,
ਸਾਡਾ ਪਰਮੇਸ਼ਵਰ ਸੱਚਾ ਤੇ ਜੀਉਂਦਾ ਪਰਮੇਸ਼ਵਰ ਆ। ਉਹ ਆਪਣੇ ਲੋਕਾਂ ਨੂੰ ਇਕੱਲਿਆਂ ਤੇ ਅਨਾਥ ਨਹੀਂ ਛੱਡਦਾ। ਇਹ ਨੇਚਾ ਕਰਨੀ ਔਰ ਜਿਨ੍ਹਾਂ ਨੇ ਸੰਸਾਰ ਉੱਤੇ ਫਤਿਹ ਪਾ ਲਈ ਉਹੀ ਪਰਮੇਸ਼ਵਰ ਦੇ ਪੁੱਤਰ ਆ। ਤੇ ਲਿਖਿਆ ਕਿਉਂ ਜੋ ਹਰੇਕ ਜਿਹੜਾ ਪਰਮੇਸ਼ਵਰ ਤੋਂ ਜੰਮਿਆ ਉਹ ਸੰਸਾਰ ਉੱਤੇ ਫਤਿਹ ਪਾਉਂਦਾ ਆ। ਤੇ ਪਰਮੇਸ਼ਵਰ ਤੋਂ ਕਿੱਦਾਂ ਜੰਮਿਆ ਜਾ ਸਕਦਾ ਆ? ਜਦੋਂ ਐਨ ਪਰਮੇਸ਼ਵਰ ਦੇ ਵਚਨ ਦੇ ਅਨੁਸਾਰ ਆਪਾਂ ਰੂਪ ਢਾਲ ਲਈਏ, ਆਪਣਾ ਉੱਠਣਾ ਬੈਠਣਾ ਵਚਨ ਦੇ ਅਨੁਸਾਰ ਹੋਵੇ, ਆਪਣਾ ਬੋਲਣਾ ਚੱਲਣਾ ਵਚਨ ਦੇ ਅਨੁਸਾਰ ਹੋਵੇ। ਯਾਦ ਰੱਖੋ ਹਾਸਿਆਂ ਮਸ਼ਕੂਲਿਆਂ ਦੇ ਵਿੱਚ ਵੀ ਤੁਹਾਡੇ ਮੂੰਹ 'ਚੋਂ ਕੋਈ ਗੱਲ ਇਹੋ ਜਿਹੀ ਨਾ ਨਿਕਲੇ ਜਿਹੜੀ ਵਚਨ ਦੀ ਖਿਲਾਫਤ ਦੇ ਵਿੱਚ ਹੋਵੇ। ਜ਼ਰੂਰੀ ਨਹੀਂ ਆ ਕਿ ਵਚਨ ਦੀ ਖਿਲਾਫਤ ਦੇ ਵਿੱਚ ਉਹੀ ਗੱਲਾਂ ਹੁੰਦੀਆਂ ਜਿਹੜੀਆਂ ਕਹੀਆਂ ਜਾਣ ਕਿ ਅਸੀਂ ਵਚਨ ਦੀ ਫਲਾਨੀ ਗੱਲ ਨੂੰ ਨਹੀਂ ਮੰਨਦੇ। ਇਹ ਵਚਨ ਦੇ ਖਿਲਾਫਤ ਦੇ ਵਿੱਚ ਨਹੀਂ ਆ। ਵੈਰੀ ਨੂੰ ਦੇਖ ਕੇ ਭੱਜ ਜਾਣਾ, ਦੇਖੋ ਵੈਰੀ ਕਿਹੜੀ ਚੀਜ਼ ਆ? ਤੁਹਾਡਾ ਗੁੱਸਾ ਕੀ ਆ? ਤੁਹਾਡਾ ਦੋਸਤ ਆ, ਵੈਰੀ ਆ ਕਿ ਨਹੀਂ? ਜੀਵਨ ਦੇ ਵਿੱਚ ਜਿਹੜਾ ਪਾਪ ਆ ਉਹ ਤੁਹਾਡਾ ਫਰੈਂਡ ਆ, ਦੁਸ਼ਮਣ ਆ ਨਾ? ਹਰ ਉਹ ਚੀਜ਼ ਜਿਹੜੀ ਤੁਹਾਡੇ ਆਤਮਾ ਦਾ ਨਾਸ਼ ਕਰਦੀ ਆ ਉਹ ਤੁਹਾਡੀ ਵੈਰੀ ਆ। ਤੇ ਆਪਣੇ ਵੈਰੀ ਨੂੰ ਦੇਖ ਕੇ ਭੱਜ ਜਾਣਾ, ਉਹਦਾ ਸਾਹਮਣਾ ਨਾ ਕਰਨਾ, ਆਪਣੀ ਆਦਤ ਦੇ ਗੁਲਾਮ ਹੋ ਜਾਣਾ, ਆਪਣੇ ਸੁਭਾਅ ਦੇ ਗੁਲਾਮ ਬਣ ਜਾਣਾ, ਆਪਣੀ ਬੁਰਾਈ ਦੇ ਗੁਲਾਮ ਬਣ ਜਾਣਾ ਕਿ ਮੈਂ ਨਸ਼ੇ ਨੂੰ ਛੱਡ ਨਹੀਂ ਸਕਦਾ। ਇਹਦਾ ਮਤਲਬ ਤੁਸੀਂ ਨਸ਼ੇ ਦੇ ਗੁਲਾਮ ਬਣ ਗਏ, ਆਪਣੀ ਆਦਤ ਦੇ ਗੁਲਾਮ ਬਣ ਗਏ। ਮੈਂ ਲਾਟਰੀ ਪਾਉਣੀ ਨਹੀਂ ਛੱਡ ਸਕਦਾ, ਮੈਂ ਗਾਲਾਂ ਕੱਢਣੀਆਂ ਨਹੀਂ ਛੱਡ ਸਕਦਾ, ਮੈਂ ਚੁਗਲੀਆਂ ਕਰਨੀਆਂ ਨਹੀਂ ਛੱਡ ਸਕਦੀ, ਮੈਂ ਨਿਆਣੇ ਕੁੱਟਣੇ ਨਹੀਂ ਛੱਡ ਸਕਦੀ। ਇਹ ਕੀ ਆ? ਤੁਸੀਂ ਆਪਣੀਆਂ ਆਦਤਾਂ ਦੇ ਗੁਲਾਮ। ਬੁਰਾਈ ਵੈਰੀ ਆ ਤੇ ਉਸ ਵੈਰੀ ਤੋਂ ਭੱਜਣਾ ਕਿ ਨਹੀਂ ਮੇਰੇ ਤੋਂ ਨਹੀਂ ਹੋ ਸਕਦਾ, ਉਹਦਾ ਸਾਹਮਣਾ ਕਰੋ ਕਿ ਕਿਹੜੇ ਤਰੀਕੇ ਦੇ ਨਾਲ ਮੈਂ ਇਹਦੇ ਤੋਂ ਆਜ਼ਾਦੀ ਪਾਉਣੀ ਆ। ਤੇ ਜਦੋਂ ਤੁਸੀਂ ਉਹਦਾ ਸਾਹਮਣਾ ਕਰੋਗੇ ਉਹ ਸੱਤਾ ਰਾਹਾਂ ਥਾਣੀ ਭੱਜ ਜੂ। ਹਾਲੇਲੂਇਆ। ਤਾਂ ਜਿਹੜੇ ਪਰਮੇਸ਼ਵਰ ਤੋਂ ਪੈਦਾ ਹੁੰਦੇ ਆ ਉਹ ਇਹਨਾਂ ਸਾਰੀਆਂ ਬੁਰਾਈਆਂ ਤੋਂ ਮਰ ਜਾਂਦੇ ਆ। ਚੁਗਲੀਆਂ ਕਰਨ ਨੂੰ ਮਾਰ ਸਿੱਟੋ, ਪਾਪ ਕਰਨ ਨੂੰ ਮਾਰ ਸਿੱਟੋ, ਝੂਠ ਬੋਲਣ ਨੂੰ ਮਾਰ ਸਿੱਟੋ, ਡਰਨਾ ਮਾਰ ਸਿੱਟੋ, ਪਰਮੇਸ਼ਵਰ ਦੇ ਕੰਮਾਂ ਦਾ ਇਨਕਾਰ ਕਰਨਾ ਖਤਮ ਕਰ ਦਿਓ ਆਪਣੇ ਅੰਦਰੋਂ, ਵਿਚਾਰ ਕਰਨਾ ਆਪਣੇ ਅੰਦਰੋਂ ਮਾਰ ਸਿੱਟੋ। ਤਾਂ ਜਦੋਂ ਸ਼ੈਤਾਨ ਵਾਲੀਆਂ ਬੁਰਾਈ ਵਾਲੀਆਂ ਵਿਰੋਧੀ ਸ਼ਕਤੀਆਂ ਵਾਲੀਆਂ ਚੀਜ਼ਾਂ ਮਰ ਗਈਆਂ ਤਾਂ ਇੱਕ ਸੁਧਰਿਆ ਹੋਇਆ ਜਿਹੜਾ ਰੂਪ ਬਾਕੀ ਬਚੂਗਾ ਉਹਦਾ ਜਨਮ ਪਰਮੇਸ਼ਵਰ ਤੋਂ ਆ। ਹਾਲੇਲੂਇਆ। ਤੇ ਫਿਰ ਜਿਹੜੇ ਪਰਮੇਸ਼ਵਰ ਤੋਂ ਜੰਮਦੇ ਆ ਉਹ ਸੰਸਾਰ ਦੇ ਉੱਤੇ ਫਤਿਹ ਪਾ ਲੈਂਦੇ ਆ ਆਪਣੀ ਨੇਚਾ ਦੇ ਰਾਹੀ। ਸੋ ਮੈਂ ਯਕੀਨ ਕਰਦੀ ਹਾਂ ਅੱਜ ਤੁਸੀਂ ਜ਼ਰੂਰ ਅੰਡਰਸਟੈਂਡ ਕਰ ਲਿਆ ਹੋਊਗਾ ਕਿ ਚਿੰਨ ਤੇ ਚਮਤਕਾਰ ਪਵਿੱਤਰ ਬਾਈਬਲ ਦੇ ਵਿੱਚ ਦਰਜ ਆ ਔਰ ਅਸੀਂ ਉਹਨਾਂ ਉੱਤੇ ਵਿਸ਼ਵਾਸ ਕਰ ਸਕਦੇ ਹਾਂ, ਸਗੋਂ ਕਰਨਾ ਚਾਹੀਦਾ ਆ, ਕਿਉਂਕਿ ਜੇ ਤੁਸੀਂ ਚਮਤਕਾਰਾਂ ਤੇ ਵਿਸ਼ਵਾਸ ਕਰੋਗੇ ਤਾਂ ਹੀ ਚਮਤਕਾਰ ਤੁਹਾਡੇ ਜੀਵਨ ਵਿੱਚ ਹੋਣਗੇ। ਜੇ ਤੁਸੀਂ ਪਰਮੇਸ਼ਵਰ ਜੀ ਤੇ ਵਿਸ਼ਵਾਸ ਕਰੋਗੇ ਤਾਂ ਹੀ ਪਰਮੇਸ਼ਵਰ ਦੀ ਹੋਂਦ ਨੂੰ ਤੁਸੀਂ ਆਪਣੇ ਜੀਵਨ ਦੇ ਵਿੱਚ ਜਿਹੜਾ ਆ ਉਹ ਮਹਿਸੂਸ ਕਰ ਸਕੋਗੇ। ਅਗਰ ਤੁਸੀਂ ਪਰਮੇਸ਼ਵਰ ਦੇ ਕਲਾਮ ਦੇ ਉੱਤੇ ਵਿਸ਼ਵਾਸ ਕਰੋਗੇ ਤਾਂ ਹੀ ਪਰਮੇਸ਼ਵਰ ਦੇ ਕਲਾਮ ਨੂੰ ਆਪਣੇ ਜੀਵਨ ਦੇ ਵਿੱਚ ਪੂਰੀਆਂ ਹੁੰਦਿਆਂ ਦੇਖ ਸਕੋਗੇ। ਅਗਰ ਤੁਸੀਂ ਇਸ ਗੱਲ ਤੇ ਵਿਸ਼ਵਾਸ ਕਰ ਲਓ ਕਿ ਪਰਮੇਸ਼ਵਰ ਨੇ ਤੁਹਾਨੂੰ ਆਲਰੇਡੀ
ਜਿਹੜੀ ਫਤਿਹ ਦੇ ਦਿੱਤੀ ਆ ਤਾਂ ਤੁਸੀਂ ਜ਼ਰੂਰ ਫਤਿਹਮੰਦ ਹੋਵੋਗੇ। ਸੋ ਪਰਮੇਸ਼ਵਰ ਦੀ ਕਿਰਪਾ ਹੁਣ ਤੋਂ ਹਮੇਸ਼ਾ ਹਮੇਸ਼ਾ ਟਿਕਰ ਪਰਮੇਸ਼ਵਰ ਦੇ ਚਾਹਣ ਵਾਲਿਆਂ ਦੇ ਨਾਲ ਹੁੰਦੀ ਰਹੇ। ਆਮੀਨ। ਮੈਂ ਤੁਹਾਨੂੰ ਇੱਕ ਹੀ ਗੱਲ ਕਹਿਣਾ ਚਾਹੁੰਦੀ ਹਾਂ ਕਿ ਪਰਮੇਸ਼ਵਰ ਨੇ ਕਿਹਾ ਕਿ ਜਦੋਂ ਤੁਸੀਂ ਮੇਰੇ ਕਲਾਮ ਨੂੰ ਮੇਰੇ ਪ੍ਰਚਾਰ ਨੂੰ ਫੈਲਾਓ ਤਾਂ ਦੁਨੀਆਂ ਦੇ ਕੋਨੇ ਕੋਨੇ ਤੱਕ ਪਹੁੰਚ ਸਕੇ। ਕਿਉਂਕਿ ਜਦੋਂ ਹੈ ਨਾ ਪਰਮੇਸ਼ਵਰ ਇੱਕ ਦਾਸ ਨੂੰ ਦਾਸੀ ਨੂੰ ਮਸਾਂ ਕਰਦਾ ਵਾ, ਆਪਣੇ ਧੀਆਂ ਪੁੱਤਰਾਂ ਨੂੰ ਮਸਾਂ ਕਰਦਾ ਵਾ, ਤਾਂ ਉਹ ਹੋਰ ਉਹ ਦੂਸਰਿਆਂ ਨੂੰ ਜਾ ਕੇ ਦੱਸਦਾ ਵਾ, ਅਤੇ ਜਦੋਂ ਦੂਸਰਿਆਂ ਨੂੰ ਦੱਸਦਾ ਵਾ ਅਤੇ ਉਹ ਦੂਸਰਿਆਂ ਤੱਕ ਆਪਣੀ ਗਵਾਹੀ ਜਾਂ ਆਪਣੇ ਪ੍ਰਚਾਰ ਨੂੰ ਫੈਲਾਉਂਦਾ ਤਾਂ ਜੋ ਕਿ ਉਹਦੇ ਪਰਮੇਸ਼ਵਰ ਦਾ ਕਲਾਮ ਫੈਲ ਸਕੇ। ਔਰ ਉਹੀ ਤਾਂ ਹੁੰਦਾ ਕਿ ਤਾਂ ਜੋ ਕਿ ਰੂਹਾਂ ਬਚ ਜਾਣ ਨਰਕ ਦੀ ਅੱਗ ਤੋਂ। ਮੈਨੂੰ ਹੋਰ ਤਾਂ ਕੁਛ ਨਹੀਂ ਹੁੰਦਾ, ਪਰ ਮੈਂ ਇਸ ਵੀਡੀਓ ਦੇ ਥਰੂ ਇਸ ਵੀਡੀਓ ਨੂੰ ਮੈਂ ਸ਼ੇਅਰ ਮੈਂ ਆਪਣੇ ਚੈਨਲ 'ਤੇ ਤਾਂ ਅਪਲੋਡ ਕਰਦੀ ਹਾਂ ਤਾਂ ਜੋ ਕਿ ਪਰਮੇਸ਼ਵਰ ਦਾ ਕਲਾਮ ਹੋਰ ਵੀ ਜਾਣੇ ਦੇਖ ਸਕਣ, ਹੋਰ ਵੀ ਪ੍ਰਭੂ ਦਾ ਕਲਾਮ ਫੈਲੇ ਅਤੇ ਤਾਂ ਜੋ ਕਿ ਉਹਨਾਂ ਨੂੰ ਹੋਰ ਵੀ ਬਰਕਤ ਆਸ਼ੀਸ਼ ਮਿਲੇ। ਅਤੇ ਪਰਮੇਸ਼ਵਰ ਨੇ ਇਹ ਵੀ ਕਿਹਾ ਵਾ ਕਿ ਜਦੋਂ ਮੈਂ ਤੁਹਾਨੂੰ ਆਪਣੇ ਬਚਨ ਨੂੰ ਭੇਜਦਾ ਵਾਂ ਤਾਂ ਤੁਸੀਂ ਦੂਸਰਿਆਂ ਤੱਕ ਪਹੁੰਚਾਓ, ਤਾਂ ਜੋ ਕਿ ਉਹ ਫਿਰ ਜਿਹਨੂੰ ਉਹਨੇ ਮਸਾਂ ਕੀਤਾ ਨਾ ਫਿਰ ਉਹਦਾ ਨਹੀਂ ਰਹਿ ਜਾਂਦਾ, ਫਿਰ ਜਦੋਂ ਦੂਸਰਾ ਜਾਂਦਾ ਨਾ ਉਹਦੀ ਜ਼ਿੰਮੇਵਾਰੀ ਬਣ ਜਾਂਦੀ ਕਿ ਮੈਂ ਦੂਸਰੇ ਤੱਕ ਪਹੁੰਚਾਉਣਾ। ਇਸ ਕਰਕੇ ਇਸ ਚੈਨਲ ਦੇ ਥਰੂ ਮੈਂ ਪਾਸਟਰ ਦਿਓਲ ਜੀ ਦੀਆਂ ਵੀਡੀਓ ਨੂੰ ਔਰ ਹੋਰ ਵੀ ਦਾਸਾਂ ਦੀਆਂ ਵੀਡੀਓ ਨੂੰ ਅਪਲੋਡ ਕਰੂੰਗੀ। ਪਲੀਜ਼ ਇਸ ਚੈਨਲ ਨੂੰ ਲਾਈਕ ਕਮੈਂਟ ਸਬਸਕ੍ਰਾਈਬ ਜ਼ਰੂਰ ਕਰ ਲੈਣਾ। ਤੁਹਾਡੇ ਇੱਕ ਸਬਸਕ੍ਰਾਈਬ ਦੇ ਨਾਲ ਕਿਸੇ ਦੇ ਪਰਿਵਾਰ ਦੇ ਵਿੱਚ ਬਹੁਤ ਸਾਰੀ ਖੁਸ਼ੀ ਆ ਸਕਦੀ ਹੈ, ਅਤੇ ਇਸ ਚੀਜ਼ ਨੂੰ ਜ਼ਰੂਰ ਰੱਖਿਓ ਕਿ ਤਾਂ ਜੋ ਕਿ ਪਰਮੇਸ਼ਵਰ ਦਾ ਜਲਾਲ ਵੀ ਫੈਲੇ, ਉਸਦਾ ਪ੍ਰਚਾਰ ਵੀ ਹੋਵੇ। ਆਪਾਂ